ਕਿੱਦਾਂ ਜੀ? ਠੀਕ ਠਾਕ। ਆਪਣਾ ਮੋਸਟ ਅਵੇਟਿਡ ਵਲੌਗ ਜਿਹੜਾ ਆਪਾਂ ਇੰਸਟਾਗ੍ਰਾਮ 'ਤੇ ਜਿੰਨੀ ਵਾਰੀ ਵੀ ਗੱਲ ਕੀਤੀ ਆ, ਸਾਰਿਆਂ ਨੇ ਰਿਕੁਐਸਟ ਕੀਤੀ ਸੀਗੀ ਕਿ ਵੀ ਬਲਰ ਬੈਕਗਰਾਊਂਡ। ਸੋ ਆਪਣਾ ਵੈਲਕਮ ਦੁਬਾਰਾ ਤੋਂ ਫੋਟੋਸ਼ਾਪ ਟਿਊਟੋਰੀਅਲ ਦੇ ਵਿੱਚ। ਔਰ ਇਸ ਟਿਊਟੋਰੀਅਲ ਦੇ ਵਿੱਚ ਆਪਣਾ ਸੀਗਾ ਜੀ ਬੈਕਗਰਾਊਂਡ ਬਲਰ ਦਾ, ਜਿਹੜਾ ਆਪਣਾ ਆਪਾਂ ਗੱਲਬਾਤ ਕਰਦੇ ਸੀਗੇ ਇੰਸਟਾਗ੍ਰਾਮ ਦੇ ਉੱਤੇ ਕਿ ਵੀ ਬੈਕਗਰਾਊਂਡ ਬਲਰ। ਔਰ ਜਿਨ੍ਹਾਂ ਨੂੰ ਨਹੀਂ ਪਤਾ ਕਿ ਵੀ ਇੰਸਟਾਗ੍ਰਾਮ 'ਤੇ ਕਿਉਂ ਗੱਲਬਾਤ ਕਰਦੇ ਸੀਗੇ, ਉਹ ਇੰਸਟਾਗ੍ਰਾਮ ਦੇ ਉੱਤੇ ਮੈਨੂੰ ਫੋਲੋ ਕਰ ਸਕਦੇ ਨੇ। ਸੋ ਉੱਥੋਂ ਅਸੀਂ ਆਈਡੀਆ ਲੈਂਦੇ ਹਾਂ ਕਿ ਵੀ ਅਸੀਂ ਹੁਣ ਨੈਕਸਟ ਵੀਡੀਓ ਕਿਹੜੀ ਬਣਾਉਣੀ ਆ। ਸੋ ਆਪਾਂ ਅੱਜ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਫੋਟੋਸ਼ਾਪ ਦੇ ਵਿੱਚ ਹਾਂ। ਸੋ ਆਪਾਂ ਪਹਿਲਾਂ ਆਪਣੀ ਜਿਹੜੀ ਲੇਅਰ ਆ ਬੈਕਗਰਾਊਂਡ ਮੇਨ ਇਵੇਂ ਜਿਹੜੀ ਆ ਉਹਨੂੰ ਅਨਲੌਕ ਕਰ ਲੈਣਾ ਆ, ਔਰ ਕਮਾਂਡ ਜੇ ਦੇ ਨਾਲ ਆਪਾਂ ਲੇਅਰ ਕਾਪੀ ਕਰ ਲੈਣੀ ਆ। ਹੁਣ ਜਿਹੜੀ ਅਸੀਂ ਮੇਨ ਕੰਮ ਹੈ ਅਸੀਂ ਲੇਅਰ ਦੇ ਉੱਤੇ ਕਰਨਾ ਆ, ਔਰ ਲੇਅਰ ਜਦੋਂ ਆਪਾਂ ਬਣਾ ਲਈ ਹੈ ਐਕਸਟਰਾ ਤਾਂ ਉਸ ਤੋਂ ਬਾਅਦ ਅਸੀਂ ਹੁਣ ਕਰਨਾ ਆ ਸਿਲੈਕਸ਼ਨ ਟੂਲ। ਸੋ ਸਿਲੈਕਸ਼ਨ ਟੂਲ ਦੇ ਉੱਤੇ ਜਾ ਕੇ ਹੁਣ ਅਸੀਂ ਪਹਿਲਾਂ ਆਪਾਂ ਥੋੜ੍ਹਾ ਜ਼ੂਮ ਕਰ ਲਈਏ। ਹੁਣ ਅਸੀਂ ਸਿਲੈਕਸ਼ਨ ਕੁਇਕ ਸਿਲੈਕਸ਼ਨ ਟੂਲ, ਹੁਣ ਅਸੀਂ ਬਸ ਮੋਟਾ ਮੋਟਾ ਕੰਮ ਇਹ ਕਰਨਾ ਕਿ ਵੀ ਆਪਾਂ ਬੰਦਾ ਸਿਲੈਕਟ ਕਰ ਲੈਣਾ ਜਿੱਥੇ ਵੀ ਆਪਾਂ ਜਿਸ ਫੋਟੋ ਦੇ ਵਿੱਚ ਆਪਾਂ ਬਲਰ ਕਰਨਾ ਆ ਉਸ ਸਬਜੈਕਟ ਨੂੰ ਆਪਾਂ ਸਿਲੈਕਟ ਕਰ ਲੈਣਾ ਆ। ਸੋ ਸਿਲੈਕਸ਼ਨ ਜਿਹੜੀ ਆ ਥੋੜ੍ਹੀ ਜਿਹੀ ਧਿਆਨ ਨਾਲ ਕਰਨੀ ਆ, ਜਿੱਥੇ ਸਾਨੂੰ ਲੱਗਦਾ ਕਿ ਵੀ ਲੋੜ ਨਹੀਂ ਆ ਉਹ ਅਸੀਂ ਉਹਨੂੰ ਡੀਸਲੈਕਟ ਕਰ ਦੇਣਾ ਹੈ ਜੀ। ਸੋ ਤੁਹਾਨੂੰ ਜ਼ੂਮ ਇਨ ਦੇ ਵਿੱਚ ਹੋ ਕੇ ਕਾਫੀ ਦੇਖਣਾ ਪਊਗਾ ਵੀ ਕਿੱਥੇ ਕਿੱਥੇ ਸਿਲੈਕਸ਼ਨ ਦੀ ਲੋੜ ਆ ਕਿੱਥੇ ਕਿੱਥੇ ਨਹੀਂ। ਇਹ ਚੀਜ਼ਾਂ ਜ਼ਰੂਰ ਹੁੰਦੀਆਂ ਨੇ, ਸੋ ਧਿਆਨ ਰੱਖਣਾ ਕਿ ਵੀ ਥੋੜ੍ਹਾ ਥੋੜ੍ਹਾ ਸਿਲੈਕਸ਼ਨ ਕਰੋ, ਜ਼ਿਆਦਾ ਪਾਰਟ ਨੂੰ ਸਿਲੈਕਟ ਕਰਨ ਦੀ ਲੋੜ ਨਹੀਂ ਆ। ਟਾਈਨੀ ਬਿਟਸ ਜਿਹੜੀਆਂ ਨੇ ਉਹ ਯੂਜ਼ ਕਰੋ, ਉਹਦੇ ਨਾਲ ਥੋੜ੍ਹਾ ਜਿਹਾ ਇਹ ਹੈ ਕਿ ਵੀ ਆਊਟ ਆਫ ਦਾ ਵੇ ਨਹੀਂ ਹੁੰਦੀ ਸਿਲੈਕਸ਼ਨ, ਜਿੱਥੇ ਕਿ ਲੋੜ ਆ ਉੱਥੇ ਕੀ ਹੁੰਦੀ ਆ। ਔਰ ਅੱਜ ਕੱਲ੍ਹ ਵੈਸੇ ਵੀ ਫੋਟੋਸ਼ਾਪ ਜਿਹੜੀ ਆ ਇੰਟੈਲੀਜੈਂਟ ਆ ਅਤੇ ਉਹ ਆਪਣੇ ਹਿਸਾਬ ਦੇ ਨਾਲ ਵੀ ਐਡਜਸਟਮੈਂਟ ਲਾ ਲੈਂਦੇ ਆ। ਸਿਰਫ ਸਿਰਫ ਇੱਥੇ ਇੱਕ ਪੰਗਾ ਆ ਕਿ ਵੀ ਜਿਹੜੀ ਮੇਰਾ ਜਿਹੜੀ ਆ ਪੈਂਟ ਆ ਇਹ ਥੋੜ੍ਹੀ ਜਿਹੀ ਮਿੱਟੀ ਰੰਗੀ ਆ, ਸੋ ਉਹ ਬੈਕਗਰਾਊਂਡ ਦੇ ਨਾਲ ਰਲੀ ਪਈ ਹੋਈ ਆ। ਔਰ ਜਿਨ੍ਹਾਂ ਨੂੰ ਮੇਰੀ ਪੰਜਾਬੀ ਜ਼ਿਆਦਾ ਠੇਠ ਲੱਗਦੀ ਆ ਭਾਈ, ਉਹਨਾਂ ਨੂੰ ਅੰਗਰੇਜ਼ੀ ਚੈਨਲ ਵੇਖਣਾ ਪੈਣਾ ਹੈ। ਓਕੇ, ਸੋ ਯਾ ਤਕਰੀਬਨ ਆਪਾਂ ਉੱਥੇ ਹਾਂ। ਸੋ ਆਪਾਂ ਜਿੱਥੇ ਸਾਨੂੰ ਲੋੜ ਨਹੀਂ ਆ ਸਿਲੈਕਸ਼ਨ ਦੀ ਉੱਥੇ ਆਪਾਂ ਡਿਲੀਟ ਕਰ ਦਈਏ, ਫਿਰ ਸਿਲੈਕਟ ਕਰ ਲਈਏ ਕਿਉਂਕਿ ਉਹ ਜ਼ਿਆਦਾ ਡੀਸਲੈਕਟ ਹੋ ਗਿਆ। ਓਕੇ, ਇੰਨਾ ਕੁ ਚੱਲੂਗਾ, ਜ਼ਿਆਦਾ ਡੀਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਆ। ਓਕੇ, ਸੋ ਅਸੀਂ ਸਾਨੂੰ ਆਹ ਸਿਲੈਕਟ ਕਰਨ ਦੀ ਲੋੜ ਹੈ ਘੜੀ ਨੂੰ। ਓਕੇ, ਇੱਥੇ ਬਿਟ ਰਹਿੰਦੀ ਹੈ ਜੀ, ਠੀਕ ਹੈ ਜੀ, ਘੜੀ ਹੋ ਚੁੱਕੀ ਹੈ। ਆਹ ਸਿਲੈਕਸ਼ਨ ਆਪਾਂ ਛੱਡ ਸਕਦੇ ਹਾਂ ਕਿਉਂਕਿ ਆਲਰੇਡੀ ਬਲਰ ਹੈ। ਔਰ ਸ਼ਰਟ ਦੇ ਲਾਗੇ ਲਾਗੇ ਵੀ ਕਰ ਲਓ ਜੀ। ਓਕੇ ਜੀ, ਦਾੜੀ। ਓਕੇ ਜੀ, ਪੱਗ ਜਿੱਥੇ ਜਿੱਥੇ ਲੋੜ ਆ ਉੱਥੇ ਚੈੱਕ ਕਰ ਲਓ ਜੀ ਇੱਕ ਵਾਰੀ। ਓਕੇ ਜੀ, ਹੁਣ ਅਸੀਂ ਜ਼ੂਮ ਆਊਟ ਕਰ ਸਕਦੇ ਹਾਂ। ਹੁਣ ਅਸੀਂ ਕੀ ਕਰਨਾ ਹੈ ਕਿ ਵੀ ਜਦੋਂ ਅਸੀਂ ਸਿਲੈਕਸ਼ਨ ਲੈ ਲਈ, ਸਿਲੈਕਸ਼ਨ ਪੂਰੀ ਕਰ ਲਈ ਆ, ਹੁਣ ਉਸ ਤੋਂ ਬਾਅਦ ਅਸੀਂ ਇਹਨੂੰ ਇਨਵਰਸ ਕਰ ਦੇਣਾ ਆ। ਇਹਨੂੰ ਮਤਲਬ ਇਨਵਰਸ ਕਰ ਦੇਣਾ ਮਤਲਬ ਪੰਜਾਬੀ ਦੇ ਵਿੱਚ ਕਿ ਵੀ ਪਹਿਲਾਂ ਅਸੀਂ ਮੈਂ ਆਪਣੇ ਆਪ ਨੂੰ ਸਿਲੈਕਟ ਕੀਤਾ ਆ, ਹੁਣ ਅਸੀਂ ਮਤਲਬ ਬਾਹਰ ਦੀ ਜਿਹੜੀ ਆਊਟਰ ਲੇਅਰ ਆ ਸਾਰੀ ਜਿਹਨੂੰ ਆਉਂਦੇ ਇਨਵਰਟ ਵੀ ਕਹਿ ਸਕਦੇ ਆਪਾਂ, ਉਹ ਕਰ ਦੇਣਾ ਆ। ਹੁਣ ਮੈਂ ਡੀਸਲੈਕਟ ਹੋ ਚੁੱਕਾ ਇਹਦੇ ਵਿੱਚੋਂ, ਔਰ ਬਾਕੀ ਦਾ ਏਰੀਆ ਜਿਹੜਾ ਆ ਉਹ ਸਾਰਾ ਸਿਲੈਕਟ ਹੋ ਗਿਆ। ਸੋ ਜਦੋਂ ਹੁਣ ਉਹ ਹੋ ਗਿਆ ਆ ਅਤੇ ਉਸ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਆ ਕਿ ਅਸੀਂ ਜਾਣਾ ਆ ਫਿਲਟਰ ਬਲਰ ਬਲਰ ਗੈਲਰੀ ਐਂਡ ਟਿਲਟ ਸ਼ਿਫਟ। ਸੋ ਜਦੋਂ ਅਸੀਂ ਟਿਲਟ ਸ਼ਿਫਟ ਦੇ ਵਿੱਚ ਚਲੇ ਗਏ ਹਾਂ, ਸੋ ਉਹਦੇ ਵਿੱਚ ਹੀ ਆ ਸਾਡਾ ਸਾਰਾ ਬਲਰ ਕਰਨ ਦਾ ਜਿਹੜਾ ਪ੍ਰੋਸੈਸ ਆ ਉਹਦੇ 'ਚ ਹੋਣਾ ਆ। ਸੋ ਜ਼ੂਮ ਆਊਟ, ਕੰਟਰੋਲ ਮਾਈਨਸ, ਕਮਾਂਡ ਮਾਈਨਸ। ਸੋ ਇਹ ਜਿਹੜਾ ਸਰਕਲ ਇੱਥੇ ਤੁਸੀਂ ਦੇਖ ਰਹੇ ਹੋ ਇੱਥੋਂ ਹੋਏਗਾ ਬਲਰ, ਜਿਵੇਂ ਕਿ ਤੁਸੀਂ ਦੇਖ ਸਕਦੇ ਜੀ ਕਿ ਵੀ ਬੈਕਗਰਾਊਂਡ ਜਿਹੜੀ ਆ ਬਹੁਤ ਜ਼ਿਆਦਾ ਬਲਰ ਆ। ਔਰ ਇਹਨੂੰ ਤੁਸੀਂ ਪੁਆਇੰਟ ਨੂੰ ਜਿੰਨਾ ਨੀਵਾਂ ਲੈ ਕੇ ਜਾਣਾ ਹੈ, ਲਾਈਕ
ਹੁਣ ਅਸੀਂ ਇੱਥੇ ਲੈ ਗਏ। ਹੁਣ ਜਿਹੜਾ ਆਹ ਪੁਆਇੰਟ ਤੁਸੀਂ ਦੇਖ ਰਹੇ ਹੋ, ਇਹ ਪੁਆਇੰਟ ਆ ਜੋ ਡਿਸਾਈਡ ਕਰੂਗਾ ਵੀ ਬਲਰ ਜਿਹੜਾ ਤੁਹਾਡਾ ਕਿੱਥੋਂ ਕਿਤੇ ਸ਼ੁਰੂ ਹੋਣਾ ਹੈ। ਸੋ ਆਪਾਂ ਇਹਨੂੰ ਤਾਂ ਵੀ ਚੱਕ ਸਕਦੇ ਹਾਂ, ਇਹਨਾਂ ਪੁਆਇੰਟਸ ਨੂੰ ਵੀ ਆਪਾਂ ਤਾਂ ਕਰ ਦਿੰਦੇ ਹਾਂ ਥੋੜ੍ਹਾ ਨੈਚੁਰਲ ਲੱਗੇ। ਸੋ ਇਸ ਪੁਆਇੰਟ 'ਤੇ ਆ ਕੇ ਚੀਜ਼ ਨੈਚੁਰਲ ਲੱਗ ਰਹੀ ਹੈ, ਬਟ ਮੈਂ ਜ਼ਿਆਦਾ ਬਲਰ ਨਹੀਂ ਕਰਨਾ, ਮੈਂ ਥੋੜ੍ਹਾ ਹੀ ਬਲਰ ਕਰੂੰਗਾ। ਸੋ ਯਾ ਇੱਥੋਂ ਤੱਕ ਮੈਨੂੰ ਨੈਚੁਰਲ ਜਿਹਾ ਲੱਗਦਾ ਆ। ਅਤੇ ਜਦੋਂ ਤੁਸੀਂ ਇਹ ਕਰ ਦਿਉ, ਹੁਣ ਇੱਥੇ ਤੁਸੀਂ ਬਲਰ ਜ਼ਿਆਦਾ ਇੱਥੋਂ ਵੀ ਵਧਾ ਘਟਾ ਸਕਦੇ ਹੋ, ਔਰ ਜਿਹੜਾ ਤੁਸੀਂ ਉਹ ਸਰਕਲ ਥੱਲੇ ਦੇਖ ਰਹੇ ਹੋ ਉਹਦੇ ਤੋਂ ਵੀ ਤੁਸੀਂ ਕਰ ਸਕਦੇ ਹੋ। ਸੋ ਜਦੋਂ ਤੁਸੀਂ ਹੈਪੀ ਹੋ ਕਿ ਵੀ ਯੈਸ ਇਹ ਬਲਰ ਗੁੱਡ ਆ, ਉਸ ਤੋਂ ਬਾਅਦ ਤੁਸੀਂ ਸਿੰਪਲ ਓਕੇ 'ਤੇ ਕਲਿੱਕ ਕਰ ਦਿਓ। ਹੁਣ ਉਹ ਬਲਰ ਜਿਹੜਾ ਆ ਉਹ ਪ੍ਰੋਸੈਸ ਦੇ ਵਿੱਚ ਆ ਕਿ ਵੀ ਹੁਣ ਉਹ ਫੋਟੋ ਦੇ ਉੱਤੇ ਬਲਰ ਹੋ ਜੂਗਾ। ਅਤੇ ਇਹਦੀ ਵੇਟ ਆਪਾਂ ਹੁਣ 2 ਸੈਕਿੰਡ ਕਰਨੀ ਪੈਣੀ ਆ, ਸਿਸਟਮ ਸਲੋ ਆ। ਔਰ ਇੰਨੇ ਚਿਰ ਦੇ ਵਿੱਚ ਆਪਾਂ ਫਿਰ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਔਰ ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈ ਕਿ ਵੀ ਬੰਦੇ ਦਾ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਵੀ ਯੈਸ ਕੋਈ ਕੋਈ ਪਸੰਦ ਕਰ ਰਿਹਾ ਕੰਮ ਨੂੰ ਸਾਡੇ ਨੂੰ। ਸੋ ਅਸੀਂ ਹੋਰ ਵੀਡੀਓਜ਼ ਬਣਾਉਣੀਆਂ ਨੇ। ਓਕੇ ਸੋ ਯਾ ਸੋ ਆਪਣੀ ਬਲਰ ਜਿਹੜੀ ਬੈਕਗਰਾਊਂਡ ਆ ਉਹ ਹੋ ਚੁੱਕੀ ਆ। ਸੋ ਅਸੀਂ ਇੱਥੇ ਹੁਣ ਡੀਸਲੈਕਟ ਕਰਕੇ ਸਾਰਾ ਕੁਛ ਤੁਸੀਂ ਦੇਖ ਸਕਦੇ ਹੋ ਕਿ ਵੀ ਬੈਕਗਰਾਊਂਡ ਬਲਰ ਹੋ ਚੁੱਕੀ ਆ, ਔਰ ਤਕਰੀਬਨ ਤਕਰੀਬਨ ਇਟ ਲੁਕਸ ਨੈਚੁਰਲ। ਸਮ ਏਰੀਆਜ਼ ਹੁੰਦੇ ਨੇ ਜਿੱਥੇ ਸਾਨੂੰ ਟੱਚ ਅਪ ਦੀ ਲੋੜ ਹੁੰਦੀ ਆ, ਬਟ ਰਾਈਟ ਨਾਓ ਇਟਸ ਵੈਰੀ ਮੱਚ ਫਾਈਨ। ਜਿਹੜਾ ਫਰਕ ਤੁਸੀਂ ਦੇਖਣਾ ਤਾਂ ਆਪਾਂ ਇੱਥੇ ਕਲਿੱਕ ਕਰਕੇ ਤੁਸੀਂ ਫਰਕ ਦੇਖ ਸਕਦੇ ਹੋ। ਜੇ ਇਹ ਸੀਗਾ 1.850 mm ਸੋਨੀ, ਬਟ ਇਹ ਹੁਣ ਹੋਰ ਜ਼ਿਆਦਾ ਆਪਾਂ ਬਲਰ ਕਰ ਦਿੱਤਾ ਇਹਨੂੰ। ਸੋ ਯਾ ਆਪਣਾ ਬਲਰ ਡਨ ਆ, ਔਰ ਇੱਥੇ ਸਾਡੇ ਇਹ ਚੀਜ਼ ਹੋ ਚੁੱਕੀ ਆ। ਆਪਣਾ ਵਲੋਗ ਅੱਜ ਤੱਕ ਕੰਪਲੀਟ ਆ, ਔਰ ਜਿੰਨਾ ਕੁ ਮੈਨੂੰ ਬਲਰ ਬੈਕਗਰਾਊਂਡ ਕਰਨ ਦੀ ਯਾਦ ਸੀਗੀ ਉਨੀ ਮੈਂ ਤੁਹਾਨੂੰ ਅੱਜ ਦੱਸ ਦਿੱਤੀ ਆ। ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ, ਇਹਦੇ ਨਾਲ ਬਹੁਤ ਹੈਲਪ ਮਿਲਦੀ ਆ। ਗਾਂ ਦੀ ਵੀਡੀਓ ਬਣਾਉਣ ਦੇ ਲਈ ਬੰਦੇ ਨੂੰ ਮੋਟੀਵੇਸ਼ਨ ਜੀ ਮਿਲੀ ਰਹਿੰਦੀ ਹੈ ਕਿ ਵੀ ਯੈਸ ਬੰਦੇ ਪਸੰਦ ਕਰਦੇ ਨੇ ਅਤੇ ਅਗਲੀ ਵੀਡੀਓ ਬਣਾਉਣੀ ਆ। ਤੁਸੀਂ ਵੀ ਬਲਰ ਬੈਕਗਰਾਊਂਡ ਕਰੋ, ਔਰ ਮੈਨੂੰ ਆਪਣੇ ਰਿਜ਼ਲਟਸ ਜਿਹੜੇ ਨੇ ਜੋ ਤੁਸੀਂ ਕੀਤੇ ਨੇ ਫੋਟੋਸ਼ਾਪ ਦੇ ਵਿੱਚ ਐਡਿਟ ਕੀਤਾ ਆ, ਉਹ ਮੈਨੂੰ ਇੰਸਟਾਗ੍ਰਾਮ ਦੇ ਉੱਤੇ DM ਕਰੋ, ਅਸੀਂ ਦੇਖਾਂਗੇ ਕਿੱਦਾਂ ਦੀ ਬਣੀ ਤੁਹਾਡੀ ਫੋਟੋ। ਓਕੇ ਜੀ, ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਟੇਕ ਕੇਅਰ, ਬਾਏ।